ਦੇਸੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ 12 ਅਪ੍ਰੈਲ ਨੂੰ ਆ ਰਹੀ ਹੈ ਜੀ ਮੂਵੀ ਮੰਜੇ ਬਿਸਤਰੇ 2 ਤੇ ਉਹਦੇ ਨਾਲ ਗੱਲ ਕਰਨਗੇ ਸਾਡੇ ਨਾਲ ਜੀ ਨਿਸ਼ਾ ਬਾਨੂ ਜੀ ਵੈਲਕਮ ਟੂ ਦੇਸੀ ਚੈਨਲ ਥੈਂਕ ਯੂ ਸੋ ਮਚ ਜੀ ਮੇਰੇ ਵੱਲੋਂ ਵੀ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਨਿਸ਼ਾ ਆਪਾਂ ਗੱਲ ਕਰੀਏ ਫਸਟ ਮੂਵੀ ਦੀ ਫਸਟ ਮੂਵੀ 'ਚ ਤੁਸੀਂ ਬੜਾ ਚੁਲਬੁਲਾ ਜਿਹਾ ਕਿਰਦਾਰ ਕੀਤਾ ਸੀ ਹੈ ਨਾ ਐਂਡ ਯੋਰ ਕੋਸਟਿਊਮ ਬਹੁਤ ਬੜਾ ਚਮਕੀਲਾ ਚਮਕੀਲਾ ਹੈ ਨਾ ਬਹੁਤ ਸੋਹਣੇ ਲੱਗ ਰਹੇ ਸੀ ਵਿੱਚ ਦੇ ਐਂਡ 2 'ਚ ਕੀ ਵੱਖਰਾ ਲੈ ਕੇ ਆ ਰਹੇ ਦੇਖੋ ਫਸਟ ਦੇ ਵਿੱਚ ਇਹ ਸੀਗਾ ਕਿ ਮੇਰਾ ਜਿਹੜਾ ਕਰੈਕਟਰ ਸੀ ਜਿੱਦਾਂ ਤੁਸੀਂ ਕਿ ਕੋਸਟਿਊਮ ਦੀ ਗੱਲ ਕਰੀਏ ਕਹਿੰਦੇ ਹੁੰਦੇ ਸੀ ਕਿ ਕਿਸੇ ਵਿਆਹ ਦੇ ਵਿੱਚ ਨਾ ਇੱਕ ਕੁੜੀ ਹੁੰਦੀ ਸੀ ਜਿਹੜੀ ਬੜੀ ਸੋਹਣੀ ਹੁੰਦੀ ਸੀ ਤੇ ਸਾਰਿਆਂ ਦੀ ਨਜ਼ਰ ਉਹਦੇ ਉੱਪਰ ਹੁੰਦੀ ਸੀ ਉਦਾਂ ਦਾ ਕਰੈਕਟਰ ਸੀ ਤੇ 2 ਦੇ ਵਿੱਚ ਵੀ ਬਹੁਤ ਮਜ਼ੇਦਾਰ ਕਰੈਕਟਰ ਹੈ ਤੇ ਮੇਰੇ ਕਰੈਕਟਰ ਦਾ ਨਾਮ ਹੈ ਬਿੱਟੀ ਤੇ ਮਤਲਬ ਗਿੱਪੀ ਜੀ ਦੀ ਸਿਸਟਰ ਦਾ ਕਰੈਕਟਰ ਹੈ ਮੇਰਾ ਤੇ ਮਤਲਬ ਜਿਹੜੇ ਜੀਜਾ ਜੀ ਆ ਹਮੇਸ਼ਾ ਰੋਹ ਵੀ ਮਾਰਦੇ ਰਹਿੰਦੇ ਆ ਕਿ ਬਿੱਟੀਏ ਚੱਕ ਝੋਲਾ ਆਪਾਂ ਚੱਲੀਏ ਤੇ ਇਦਾਂ ਬਹੁਤ ਹੀ ਵਧੀਆ ਕਰੈਕਟਰ ਹੈ ਤੇ ਸਾਰੇ ਦਰਸ਼ਕ ਪਸੰਦ ਕਰਨਗੇ ਤੇ ਫਿਰ ਬਿੱਟੀ ਜਦੋਂ ਕਹਿੰਦੀ ਹੈ ਚੱਕ ਝੋਲਾ ਚੱਲੀਏ ਬਿੱਟੀ ਜਾਂਦੀ ਨਾਲ ਨਹੀਂ ਬਿੱਟੀ ਕਦੇ ਵੀ ਨਹੀਂ ਜਾਂਦੀ ਬਿੱਟੀ ਥੋੜੀ ਦੇਰ ਮਿੰਤਾ ਕਰਦੀ ਹੈ ਪਰ ਜਦੋਂ ਉਹਨੂੰ ਲੱਗਦਾ ਕਿ ਇਹ ਧਮਕੀ ਹੈ ਤੇ ਫਿਰ ਉਹ ਕਹਿ ਦਿੰਦੀ ਹੈ ਵੀ ਮੈਂ ਨਹੀਂ ਜਾਣਾ ਹੈਗਾ ਅੱਛਾ ਬਿੱਟੀ ਅੜ ਕੇ ਬਹਿ ਜਾਂਦੀ ਹੈ ਅੜ ਕੇ ਬਹਿ ਜਾਂਦੀ ਹੈ ਨਾ ਤੇ ਆਪਾਂ ਗੱਲ ਕਰੀਏ ਸ਼ੂਟ ਦੀ ਕੈਨੇਡਾ 'ਚ ਮੰਜੇ ਬਿਸਤਰੇ ਇਕੱਠੇ ਕੀਤੇ ਹੈ ਨਾ ਵੱਖਰਾ ਜਿਹਾ ਐਕਸਪੀਰੀਅੰਸ ਰਿਹਾ ਹੋਣਾ ਕਿਉਂਕਿ ਪੰਜਾਬ 'ਚ ਤਾਂ ਆਪਾਂ ਨੂੰ ਉਹ ਨੋਰਮਲੀ ਚੀਜ਼ਾਂ ਮਿਲ ਜਾਂਦੀਆਂ ਕੈਨੇਡਾ 'ਚ ਕਿੰਨੀ ਮਸਤੀ ਕੀਤੀ ਹੈ ਫਿਰ ਬਹੁਤ ਜ਼ਿਆਦਾ ਮਸਤੀ ਕੀਤੀ ਹੈ ਦੇਖੋ ਇੱਕ ਤਾਂ ਇਹ ਫਾਇਦਾ ਹੋ ਜਾਂਦਾ ਜਦੋਂ ਤੁਸੀਂ ਬਾਹਰ ਸ਼ੂਟ ਕਰਦੇ ਹੋ ਕਿ ਇੱਥੇ ਥੋੜ੍ਹਾ ਜਿਹਾ ਆਰਟਿਸਟ ਬਿਜ਼ੀ ਹੋਣ ਕਰਕੇ ਦੂਸਰੇ ਸੈੱਟ 'ਤੇ ਜਾਣਾ ਜਲਦੀ ਜਲਦੀ 'ਚ ਕੰਮ ਹੁੰਦਾ ਬਟ ਕੈਨੇਡਾ ਜਦੋਂ ਅਸੀਂ ਗਏ ਹੋਏ ਸੀ ਸਾਨੂੰ ਪਤਾ ਸੀ ਕਿ ਅਸੀਂ ਸਾਰਾ ਦਿਨ ਸ਼ੂਟ ਕਰਨਾ ਮੰਜੇ ਬਿਸਤਰੇ ਦਾ ਫਿਰ ਸਾਨੂੰ ਹੋਟਲ ਦੇ ਵਿੱਚ ਬੋਰ ਮਹਿਸੂਸ ਹੁੰਦਾ ਸੀ ਤੇ ਅਸੀਂ ਸੋਚਦੇ ਸੀ ਅਸੀਂ ਸਾਰੇ ਸੈੱਟ 'ਤੇ ਜਾਈਏ ਤੇ ਜਿਸ ਦਿਨ ਸਾਡਾ ਸ਼ੂਟ ਨਹੀਂ ਵੀ ਸੀ ਹੁੰਦਾ ਸੀ ਉਸ ਦਿਨ ਵੀ ਸਾਰੇ ਜਣੇ ਸੈੱਟ 'ਤੇ ਇਕੱਠੇ ਹੁੰਦੇ ਕਿਉਂਕਿ ਸਾਰੇ ਜਣੇ ਇੰਨਾ ਜ਼ਿਆਦਾ ਫਨ ਕਰਦੇ ਬਾਕੀ ਜਿਹੜੇ ਇਹਦੇ ਵਿੱਚ ਆਰਟਿਸਟ ਨੇ ਸਾਰੇ ਹੀ ਮਤਲਬ ਜਿਵੇਂ ਆਪਾਂ ਕਹਿ ਦਈਏ ਪੰਜਾਬੀ ਇੰਡਸਟਰੀ ਦੀ ਕਰੀਮ ਇਸ ਫਿਲਮ ਦੇ ਵਿੱਚ ਇਕੱਠੀ ਹੋਈ ਹੋਈ ਹੈ ਤੇ ਵਧੀਆ ਲੱਗਦਾ ਸੀ ਹਮੇਸ਼ਾ ਆਲਵੇਜ਼ ਤੇ ਇੱਕ ਮੈਮਰੀ ਕਹਿ ਸਕਦੇ ਹਾਂ ਜਿਹੜੀਆਂ ਅਸੀਂ ਉੱਥੋਂ ਲੈ ਕੇ ਆਏ ਸਾਰੇ ਜਣੇ ਯਾਦ ਕਰਨੇ ਆ ਤੇ ਉਮੀਦ ਕਰਦੇ ਹਾਂ ਕਿ 1 ਦੀ ਤਰ੍ਹਾਂ 2 ਨੂੰ ਵੀ ਸਾਰੇ ਜਣੇ ਇੰਨੇ ਹੀ ਪਿਆਰ ਦੇਣਗੇ ਤਾਂ ਨਿਸ਼ਾ ਬਾਨੂ ਨੇ ਹੁਣ ਗੱਲ ਕੀਤੀ ਹੈ ਮੈਮਰੀ ਦੀ ਫੇਵਰੇਟ ਮੈਮਰੀ ਆਫ ਮੰਜੇ ਬਿਸਤਰੇ 2 ਉਹ ਹੈਗੀ ਹੈ ਜੀ ਮੇਰੇ ਬਰਥਡੇ ਦੀ ਮੇਰਾ ਬਰਥਡੇ ਜਿਹੜਾ ਸੀ ਮੰਜੇ ਬਿਸਤਰੇ ਦੇ ਸੈੱਟ ਦੇ ਉੱਪਰ ਅਸੀਂ ਸੈਲੀਬ੍ਰੇਟ ਕੀਤਾ ਸੀ ਤੇ ਮੇਰੇ ਲਈ ਬਹੁਤ ਵਧੀਆ ਮੂਮੈਂਟ ਸੀ ਬਹੁਤ ਵੱਡਾ ਸਰਪ੍ਰਾਈਜ਼ ਸੀ ਕਿਉਂਕਿ ਜਦੋਂ ਤੁਸੀਂ ਆਲਮੋਸਟ ਆਪਣੀ ਫੈਮਿਲੀ ਤੋਂ ਦੂਰ ਹੁੰਦੇ ਹੋ ਤੇ ਉਦੋਂ ਤੁਸੀਂ ਮਿਸ ਕਰਦੇ ਹੋ ਹਨਾ ਬਟ ਮੈਨੂੰ ਸਾਰਿਆਂ ਨੇ ਇੰਨਾ ਕੁ ਜ਼ਿਆਦਾ ਪਿਆਰ ਦਿੱਤਾ ਸਾਰੀ ਟੀਮ ਨੇ ਇੰਨਾ ਵਧੀਆ ਸੈਲੀਬ੍ਰੇਟ ਕੀਤਾ ਕਿ ਮੈਂ ਉਹ ਕਦੇ ਵੀ ਨਹੀਂ ਭੁੱਲ ਸਕਦੀ ਵਾਓ ਦੈਟਸ ਅਮੇਜ਼ਿੰਗ ਮਤਲਬ ਇੱਕ ਪਰਿਵਾਰਿਕ ਜਿਹਾ ਮਾਹੌਲ ਹੈਗਾ ਇਸ ਟੀਮ ਨੂੰ ਦੇਖ ਕੇ ਲੱਗਦਾ ਹੈ ਨਾ ਬਿਲਕੁਲ ਬਿਲਕੁਲ ਤੇ ਅਨੀਤਾ ਮੈਮ ਤੇ ਗੁਰਪ੍ਰੀਤ ਮੈਮ ਨਾਲ ਕਿੱਦਾਂ ਦੀ ਬੌਂਡਿੰਗ ਰਹੀ ਨਿਸ਼ਾ ਬਾਨੂ ਦੀ ਅਨੀਤਾ ਮੈਮ ਨਾਲ ਤੇ ਪੰਗੂ ਮੈਮ ਨਾਲ ਰੂਪੀ ਮੈਮ ਨਾਲ ਮੈਂ ਪਹਿਲਾਂ ਵੀ ਬਹੁਤ ਮੂਵੀਜ਼ ਕੀਤੀਆਂ ਹੋਈਆਂ ਤੇ ਆਲਵੇਜ਼ ਚਾਹੇ ਸਾਡੇ ਏਜ ਦਾ ਫਰਕ ਆ ਬਟ ਅਸੀਂ ਇੱਕ ਫਰੈਂਡ ਦੀ ਤਰ੍ਹਾਂ ਹੀ ਰਹਿੰਦੇ ਹਾਂ ਮੈਂ ਜਦੋਂ ਕਿਸੇ ਵੀ ਗੱਲੋਂ ਪਰੇਸ਼ਾਨ ਹੁੰਦੀ ਹਾਂ ਮੈਂ ਉਦੋਂ ਵੀ ਉਹਨਾਂ ਨੂੰ ਦੱਸ ਦਿੰਦੀ ਹਾਂ ਕਿ ਅੱਜ ਮੈਨੂੰ ਆਹ ਟੈਨਸ਼ਨ ਆ ਅਤੇ ਮੈਨੂੰ ਐਂ ਕਰਨਾ ਚਾਹੀਦਾ ਤਾਂ ਉਹ ਬੜੇ ਪਿਆਰ ਨਾਲ ਮੈਨੂੰ ਸਮਝਾ ਦਿੰਦੇ ਆ ਨਹੀਂ ਐ ਨਹੀਂ ਇੱਦਾਂ ਕਰਨਾ ਕੋਈ ਫਨੀ ਗੱਲ ਹੁੰਦੀ ਉਹ ਵੀ ਅਸੀਂ ਕਰ ਲੈਂਦੇ ਹਾਂ ਮਤਲਬ ਮੈਂ ਕਹਿ ਸਕਦੀ ਹਾਂ ਕਿ ਮੇਰੀਆਂ 3 ਯੰਗ ਸਹੇਲੀਆਂ ਨੇ ਅਨੀਤਾ ਦੇਵਗਨ ਪੰਗੂ ਮੈਮ ਤੇ ਰੂਪੀ ਮੈਮ ਬਹੁਤ ਸੋਹਣਾ ਮਤਲਬ ਕਹੇ ਨਾ ਕਿ ਫਰੈਂਡਸ਼ਿਪ ਬਹੁਤ ਅੱਛੀ ਹੈਗੀ ਹੈ ਡਿਫਰੈਂਟ ਜਿਹਾ ਕਨਸੈਪਟ ਹੈਗਾ ਤੁਹਾਡਾ ਫਰੈਂਡਸ਼ਿਪ ਦਾ ਵੀ ਤੇ ਅਸੀਂ ਹੁਣ ਗੱਲ ਕਰੀਏ ਜਿਹੜੀ ਅਸੀਂ ਮੂਵੀ ਦੇਖੀ ਸੀਗੀ ਇੱਕ ਕਾਮੇਡੀ ਅਤੇ ਸੱਭਿਆਚਾਰ ਦੋਵਾਂ ਦਾ ਸੁਮੇਲ ਹੈ ਬਿਲਕੁਲ ਤੇ ਇਹਦੇ ਵਿੱਚ ਜਿਹੜਾ ਉਹ 'ਚ ਆਇਆ ਸੀ ਨਾ ਜਾਗੋ ਵਾਲਾ ਮਾਹੌਲ ਇਹਦੇ 'ਚ ਵੀ ਕੁਛ ਇੱਦਾਂ ਦਾ ਜਾਗੋ ਜੁਗੋ ਕੱਢਣੀ ਹੈ ਕੈਨੇਡਾ ਦੀ ਸੜਕਾਂ 'ਚ ਬਹੁਤ ਹੀ ਜ਼ਿਆਦਾ ਸੋਹਣਾ ਮਾਹੌਲ ਹੈ ਜਾਗੋ ਦਾ ਮਾਹੌਲ ਤੁਸੀਂ ਦੇਖੋਗੇ ਤੇ ਤੁਸੀਂ ਇੰਜੋਏ ਕਰੋਗੇ ਮਤਲਬ ਬਹੁਤ ਹੀ ਜ਼ਿਆਦਾ ਵਧੀਆ ਰੰਗ ਆਪਾਂ ਇਹ ਨਹੀਂ ਕਹਿ ਸਕਦੇ ਕਿ ਜੇ ਅਸੀਂ ਕੈਨੇਡਾ 'ਚ ਸ਼ੂਟ ਕੀਤਾ ਤਾਂ ਕਿਸੇ ਗੱਲ ਦੀ ਕਮੀ ਰਹਿ ਗਈ ਚਾਹੇ ਤੁਸੀਂ ਲੋਕੇਸ਼ਨ ਨੂੰ ਲਾਓ ਚਾਹੇ ਤੁਸੀਂ ਸੱਭਿਆਚਾਰ ਨੂੰ ਲਾਓ ਚਾਹੇ ਤੁਸੀਂ ਪ੍ਰੋਪਰਟੀ ਨੂੰ ਚਾਹੇ ਚਰਖੇ ਜਾਗੋ ਬੰਬੀਹੇ ਸਭ ਕੁਛ ਅਸੀਂ ਯੂਜ਼ ਕੀਤਾ ਗਿਆ ਤੇ ਮੈਨੂੰ ਲੱਗਦਾ ਕਿ ਮੈਂ ਹਮੇਸ਼ਾ ਸੋਚਦੀ ਨੇ ਕਿ ਜਿਹੜੇ ਬਾਹਰ ਰਹਿੰਦੇ ਨੇ ਉਹ ਸੱਭਿਆਚਾਰ ਨਾਲ ਜ਼ਿਆਦਾ ਪਿਆਰ ਕਰਦੇ ਨੇ ਤੇ ਉਦਾਂ ਦੀ ਝਲਕ ਜਿਹੜੀ ਹੈਗੀ ਆ 2 ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਫਿਰ ਜਾਗੋ ਕੱਢੀ ਤੇ ਬੋਲੀਆਂ ਪਾਈਆਂ ਹੋਣੀਆਂ ਵਾਧੂ ਬੋਲੀਆਂ ਬੋਲੀ ਹੋ ਜੇ ਫਿਰ ਜਾਗੋ ਕੱਢਣੀ ਮੜਕੇ ਨਾਲ ਤੁਰਨਾ ਬਈ ਵਿਆਹ ਕਰ ਤਾਰੇ ਦਾ ਸਾਰੇ ਪਿੰਡ 'ਚ ਫੇਰਨੀ ਜਾਗੋ ਬਈ ਵਿਆਹ ਸਾਡੇ ਗੰਡੇ ਦਾ ਕਿਉਂਕਿ ਗੰਡੇ ਦਾ ਵਿਆਹ ਹੋ ਰਿਹਾ ਹੈਗਾ ਮੰਜੇ ਬਿਸਤਰੇ 2 ਦੇ ਵਿੱਚ ਤੇ ਮਤਲਬ ਬਹੁਤ ਸਾਰੀਆਂ ਤਿਆਰੀਆਂ ਇਹਨਾਂ ਨੇ ਕਰ ਲਈਆਂ ਹੈਗੀਆਂ ਹੈ ਨਾ ਅਸੀਂ ਸਾਰਿਆਂ ਨੇ ਆਪਣੇ ਸੂਟ ਵੀ ਵਿਆਹਾਂ ਵਾਲੇ ਪਾ ਲਏ ਨੇ ਮੈਂ ਤਾਂ ਪਾ ਲਿਆ ਹੈ ਮੈਂ ਤਾਂ ਤਿਆਰ ਹੋ ਗਈ ਹਾਂ ਤੇ 12 ਅਪ੍ਰੈਲ ਨੂੰ ਆ ਰਹੀ ਹੈ ਜੀ ਮੂਵੀ ਮੰਜੇ ਬਿਸਤਰੇ 2 ਤੇ ਉਹਦੇ ਵਿੱਚ ਨਿਸ਼ਾ ਬਾਨੂ ਚਮਕੀਲੀ ਚਮਕੀਲੀ ਨਜ਼ਰ ਆਊਗੀ ਨਹੀਂ ਇਹਦੇ ਵਿੱਚ ਚਮਕੀਲੀ ਤਾਂ ਨਹੀਂ ਨਜ਼ਰ ਆਊਗੀ ਬਟ ਤੁਹਾਨੂੰ ਭੜਕੀਲੀ ਨਜ਼ਰ ਆ ਜਿਹੜੀ ਆਪਣੇ ਘਰ ਵਾਲੇ ਨੂੰ ਠੋਕਰ ਮਤਲਬ ਕਹਿੰਦੇ ਨੇ ਬਿੱਟੀ ਕੇ ਮੈਂ ਨਹੀਂ ਜਾਣਾ ਬਹੁਤ ਵੱਖਰਾ ਜਿਹਾ ਆਊਗਾ ਮਾਹੌਲ ਜੀ ਤੇ ਮੰਜੇ ਬਿਸਤਰੇ 1 ਨੂੰ ਜਿੱਦਾਂ ਤੁਸੀਂ ਸਾਰਿਆਂ ਨੇ ਪਿਆਰ ਦਿੱਤਾ ਤੇ ਤੁਸੀਂ 2 ਨੂੰ ਵੀ ਉਦਾਂ ਹੀ ਦੇਣਾ ਹੈਗਾ ਤੇ ਹੁਣ ਨਿਸ਼ਾ ਜੀ ਕਹਿਣਗੇ ਆਪਣੇ ਬਿਲਕੁਲ ਜੀ 12 ਅਪ੍ਰੈਲ ਨੂੰ ਫਿਲਮ ਆ ਰਹੀ ਹੈ ਬਹੁਤ ਘੱਟ ਦਿਨ ਰਹਿ ਗਏ ਨੇ ਸਾਰੇ ਜਣੇ ਰੈਡੀ ਹੋ ਜਾਓ ਜਿਵੇਂ ਤੁਸੀਂ ਫਸਟ ਨੂੰ ਪਿਆਰ ਦਿੱਤਾ ਮੈਂ ਉਮੀਦ ਕਰਦੀ ਹਾਂ 2 ਨੂੰ ਵੀ ਉਦਾਂ ਹੀ ਦਊਂਗੇ ਪਲੀਜ਼ ਸਾਰੇ ਜਣੇ ਆਪਣੀ ਫੈਮਿਲੀ ਨਾਲ ਜ਼ਰੂਰ ਵੇਖ ਕੇ ਆਇਓ
ਤੇ ਇਹ ਸੀਗੇ ਜੀ ਸਾਡੇ ਨਾਲ ਨਿਸ਼ਾ ਬਾਨੋ ਜੀ ਤੇ ਜਿਨ੍ਹਾਂ ਦੀ ਮੂਵੀ ਆ ਰਹੀ ਹੈ ਜੀ ਦੱਸ ਹੀ ਚੁੱਕੇ ਹਾਂ 12 April ਨੂੰ ਮੰਜੇ ਬਿਸਰੇ 2 ਤੁਸੀਂ ਸਾਰਿਆਂ ਨੇ ਵੇਖਣ ਜਾਣਾ ਹੈ ਤੇ ਹੁਣ ਮੈਨੂੰ ਆਣੀ ਕਿ ਗਾਇਨ ਮਹਾਜ ਨੂੰ ਦਿਓ ਇਜਾਜ਼ਤ ਤੁਸੀਂ ਦੇਖਦੇ ਰਹੋ ਦੇਸੀ ਚੈਨਲ।